ਮਾਸ਼ਾਅੱਲਾ ਈਦ ਤੋਂ ਬਾਅਦ ਫਿਰ ਅੱਲਾਹ ਮਾਰਕੀਟ ਸਟਾਰਟ ਹੋ ਗਈ ਜੀ। ਅਲਹਮਦੁਲਿਲਾ, ਛੁੱਟੀਆਂ ਖਤਮ ਹੋ ਗਈਆਂ ਹੈ, ਸੀਜ਼ਨ ਸ਼ੁਰੂ ਹੋ ਗਿਆ, ਆਵਾਮ ਕਾਫੀ ਮਾਸ਼ਾਅੱਲਾ ਆ ਰਹੀ ਹੈ। ਅੱਜ ਦੂਸਰਾ ਦਿਨ ਹੈ, ਮਾਰਕੀਟ ਖੁੱਲ੍ਹੀ ਹੈ, ਕਾਫੀ ਟਰੈਕਟਰ ਸੇਲ ਹੋਣ ਲੱਗ ਪਿਆ ਲੋਕਲ। ਅੱਜ ਸਾਡੇ ਦੋਸਤ ਸਾਹਿਵਾਲ ਤੋਂ ਆਏ, ਇਹਨਾਂ ਨੇ ਟਰੈਕਟਰ 385 4x4 ਲਿਆ ਹੈ। ਕਾਫੀ ਲੋਕ ਡੀਲੈਕਸ ਨੂੰ ਜ਼ਿਆਦਾ ਪਸੰਦ ਕਰਨ ਲੱਗ ਪਏ ਨੇ। ਡੀਲੈਕਸ ਮਾਡਲ ਜਿਹੜਾ ਸ਼ਾਰਟ ਹੈ ਮਾਰਕੀਟ ਦੇ ਵਿੱਚ, ਕਾਫੀ ਸ਼ਾਰਟ ਹੈ। ਉਹਦੀ ਵਜ੍ਹਾ ਇਹ ਹੈਗੀ ਕਿ ਕੋਈ ਵੀ ਮਾਡਲ ਨਵਾਂ ਆਉਂਦਾ ਨਾ, ਇੱਕ ਦਫ਼ਾ ਲੋਕ ਉਹਦੇ ਮਗਰ ਚੜ ਜਾਂਦੇ ਨੇ। ਕੰਪਨੀ ਨੇ ਦਿੱਤਾ ਕੋਈ 50 ਕੁ ਟਰੈਕਟਰ ਡੀਲੈਕਸ ਆਪਣੇ ਡਿਸਪਲੇ ਵਾਸਤੇ ਕਿ ਚੱਲਦਾ ਹੈ ਜਾਂ ਗਾਹਕ ਕੀ ਇਹਨੂੰ ਸਮਝਦਾ ਹੈ। ਲੇਕਿਨ ਗਾਹਕ ਨੇ ਡੀਲੈਕਸ ਖੜਿਆ, ਕਾਫੀ ਲੋਕਾਂ ਨੇ ਅੱਛਾ ਹੈ ਟਰੈਕਟਰ, ਲੋਕ ਡਿਮਾਂਡ ਵੀ ਕਰਦੇ ਨੇ। ਲੇਕਿਨ ਇਸ ਵਕਤ ਮਾਰਕੀਟ 'ਚ ਸ਼ਾਰਟ ਹੋ ਗਿਆ, ਕਾਫੀ ਅੱਜ ਗਾਹਕ ਆਇਆ। ਲੇਕਿਨ ਸਾਦਾ ਜਿਹੜਾ 385 ਹੈ ਉਹ ਸਲੋ ਹੈ ਜ਼ਰਾ, ਲੇਕਿਨ ਸੀਜ਼ਨ ਦੇ ਮੁਤਾਬਕ ਦੇਖੀਏ ਉਹ ਵੀ ਚੱਲਦਾ ਪਿਆ। ਜੇ ਸੀਜ਼ਨ ਨਾ ਹੋਵੇ, ਜ਼ਿਆਦਾਤਰ ਲੋਕ ਇਸ ਵਕਤ ਡੀਲੈਕਸ ਨੂੰ ਲੈ ਰਹੇ ਨੇ। ਡੀਲੈਕਸ ਜਿਹੜਾ ਉਹ ਸ਼ਾਰਟ ਹੈ, ਲੇਕਿਨ ਇਸ ਅਗਲੇ ਹਫ਼ਤੇ ਟਰੈਕਟਰ ਕਾਫੀ ਬਣਨਾ ਸ਼ੁਰੂ ਹੋ ਜਾਣਾ। ਅੱਜ ਮਿਲਤ ਬੰਦ ਸੀ, ਅੱਜ ਖੁੱਲ੍ਹ ਗਈ ਹੈ, 12-14 ਦਿਨਾਂ ਬਾਅਦ ਖੁੱਲ੍ਹੀ ਹੈ। ਲੇਕਿਨ ਡੀਲੈਕਸ ਮਾਡਲ ਕਾਫੀ ਅੰਦਰ ਜਿਹੜਾ ਨਾ ਬਣਦਾ ਪਿਆ, ਅਗਲੇ ਹਫ਼ਤੇ ਆਮ ਹੋ ਜਾਏਗਾ, ਗਾਹਕ ਵੀ ਆਮ ਹੋ ਜਾਏਗਾ। ਜੀ ਅਸੀਂ ਲੋਕਾਂ ਦੀ ਨਹੀਂ ਕਰਦੇ, ਅਸੀਂ ਮਾਸ਼ਾਅੱਲਾ ਪਿਛਲੇ ਹਫ਼ਤੇ 5 ਡੀਲੈਕਸ ਵੇਚੇ ਨੇ, ਇੱਕੋ ਦਿਨ 'ਚ ਵਿਕੇ ਨੇ। ਅਗਾਂਹ ਅਸਾਂ ਬੁਕਿੰਗ ਕਰਾਏ ਨੇ, ਮਿਲਤ ਨੇ ਦਿੱਤੇ ਨਹੀਂ ਹਲੇ, ਕਿਉਂਕਿ ਮਿਲਤ ਉਹਨੇ ਦੇ ਉੱਤੇ ਜਿਹੜਾ ਨਾ ਕੋਈ 10 ਦਿਨ ਦਾ ਮਹੀਨੇ ਦਾ ਵਕਫਾ ਪਾਏਗੀ, ਵਕਫਾ ਪਾਏਗੀ। ਉਹਨਾਂ ਦਾ ਟਰੈਕਟਰ ਜਿਹੜਾ ਜ਼ਿਆਦਾ ਬੁਕਿੰਗ ਹੋਏਗਾ, ਜ਼ਿਆਦਾ ਟਰੈਕਟਰ ਲਵੇਗਾ, ਉਹਦੇ ਉੱਤੇ ਇਹ ਹੈਗਾ ਕਿ ਔਨ ਕਾਫੀ ਹੋ ਜਾਏਗਾ। ਇਹ ਮਾਰਕੀਟ 'ਚ ਉਹਨਾਂ ਟਰੈਕਟਰ ਕਾਫੀ ਦਿੱਤਾ ਸੀਗਾ, ਉਹਦੀ ਵਜ੍ਹਾ ਨਾਲ ਟਰੈਕਟਰ ਦਾ ਰੇਟ ਜਿਹੜਾ ਨਹੀਂ ਬਣਿਆ। 37-60 ਦਾ ਅੰਦਰੋਂ ਲੈਂਦੇ ਸੀ, ਬਾਹਰ 38 ਦਾ 37-90 ਦਾ ਵਿਕਦਾ ਸੀ। ਲੇਕਿਨ ਠੀਕ ਹੈ, ਗਾਹਕ ਨੂੰ ਰੇਟ ਕਮ ਮਿਲੇ ਤਾਂ ਗਾਹਕ ਆਮ ਲਵੇਗਾ, ਜਦੋਂ ਰੇਟ ਜ਼ਿਆਦਾ ਹੋਏਗਾ ਫਿਰ ਗਾਹਕ ਸਾਦੇ ਵਾਲੇ ਪਾਸੇ ਜਾਏਗਾ। ਲੇਕਿਨ ਅਸਾਂ ਇਸ ਵਕਤ ਇਹ ਮਹਿਸੂਸ ਕਰਨੇ ਹਾਂ ਕਿ ਇਹ ਸੀਜ਼ਨ ਹੈ, ਸਾਦਾ ਵਿਕੇ ਜਾਂ ਡਿਲੈਕਸ ਵਿਕੇ, ਮਾਰਕੀਟ 'ਚ ਰਸ਼ ਹੋ ਗਿਆ ਕਾਫੀ ਔਰ ਗਾਹਕ ਵੀ ਕਾਫੀ ਆ ਗਿਆ। ਇਹਦੀ ਵਜ੍ਹਾ ਨਾਲ ਇਨਸ਼ਾਅੱਲਾ ਕੰਮ ਠੀਕ ਹੋ ਗਿਆ, ਅਲਹਮਦੁਲਿਲਾ। ਅੱਜ ਮਾਰਕੀਟ ਵਾਹਵਾ ਗਹਿਮਾ ਗਹਿਮੀ ਹੋਈ ਹੈ, ਗਾਹਕ ਕਾਫੀ ਹੈਗਾ। ਦੇਖੋ ਜੀ, ਜਿਹੜੀ ਕੰਪਨੀ ਛੱਤ ਲਾ ਰਹੀ ਹੈ ਨਾ, ਉਹ ਸਾਡੇ ਕੋਲ ਮਿਲਦੀ ਹੈ 20-22 ਹਜ਼ਾਰ ਰੁਪਏ ਦੀ, ਔਰ ਅਸੀਂ ਜਿਹੜੀ ਛੱਤ ਲਾ ਰਹੇ ਹਾਂ ਉਹ ਕੰਪਨੀ ਨੂੰ ਕਿਤੇ ਅੱਗੇ ਆ। ਮਕਸਦ ਗੱਲ ਕਰਨਾ ਕਿ ਉਹ ਵਜ਼ਨੀ ਵੀ ਹੈ, ਭਾਰੀ ਵੀ ਹੈ, ਉਹਦਾ ਮਿਆਰ ਵੀ ਹੈ, ਉਹਦੇ ਵਿੱਚ ਅਸੀਂ ਕਾਫੀ ਖੂਬੀਆਂ ਕੀਤੀਆਂ ਨੇ। ਇਸ ਵਾਸਤੇ ਗਾਹਕ ਜਿਹੜਾ ਉਹ ਲਵਾ ਕੇ ਸਾਡੇ ਕੋਲ ਲਵਾ ਕੇ ਲੈ ਕੇ ਜਾਂਦੇ ਆ। ਜੀ 5 ਇੰਚ ਫਰੇਮ ਹੈ ਔਰ ਇਹ 10 ਗੇਜ ਨਾਲੀ, ਇਹਦਾ ਵਜ਼ਨ 65 ਕਿਲੋ ਆ, ਔਰ ਇਹ ਯੂ ਬਾਰ ਸਿੱਧੂ ਮੂਸੇ ਵਾਲਾ ਬਣਾ ਕੇ ਅਸੀਂ ਟਾਪਾ ਪਲਾਸਟਿਕ ਦਾ ਆਰਟੀਸ਼ਨ ਕਰਕੇ ਲਾਇਆ, ਥੱਲੇ ਇਹਦੇ ਪਲਾਈ ਲਾਤੀ ਹੈ, ਗਾਹਕ ਨੂੰ ਪਸੰਦ ਆਉਂਦੀ ਇਹ ਚੀਜ਼, ਔਰ ਇਹਦੇ ਅੰਦਰ ਅਸੀਂ ਲਾਈਟਾਂ ਲਾਤੀਆਂ ਨੇ, ਮਗਰ ਸਾਊਂਡ ਜਿਹੋ ਜਿਹਾ ਕਵੇ ਕੋਈ ਉਹੋ ਜਿਹਾ ਮਿਲ ਜਾਂਦਾ ਹੈ। 22 ਹਜ਼ਾਰ ਤੋਂ ਲੱਗ ਕੇ ਸਾਡੇ ਕੋਲ 75 ਹਜ਼ਾਰ ਤੱਕ ਸਾਊਂਡ ਹੁੰਦਾ, ਜਿਹੜਾ ਕੋਈ ਕਵੇ ਉਹਦੇ ਮੁਤਾਬਕ ਸਾਊਂਡ ਲਾ ਕੇ ਉਹਦਾ ਰੇਟ ਜਿਹੜਾ ਬਣਾ ਦਿੰਦਾ। ਔਰ ਇਹਨਾਂ ਦੋਸਤਾਂ ਸਾਡਿਆਂ ਨੇ ਹੁੱਕ ਵੀ ਲਵਾਈ ਹੈ, ਇਹ ਸਾਹਿਵਾਲ ਤੋਂ ਇਹਨਾਂ ਹੁੱਕ ਪਸੰਦ ਕੀਤੀ, ਅੱਛੀ ਹੁੱਕ ਮਾਸ਼ਾਅੱਲਾ, ਇਹਨਾਂ ਨੇ ਫਿਰ ਪੂਰਾ ਮਕਸਦ ਸੈੱਟ ਹੀ ਇੱਥੋਂ ਬਣਵਾ ਲਿਆ ਸਰ ਜੀ। ਇਹਦੀ ਟੂਪਾਂ ਵਾਲੀ ਫਿਟਿੰਗ ਸਰ ਜੀ ਬਣਾਤੀ ਹੈ ਅਸਾਂ, ਇਹ ਜ਼ਿਆਦਾ ਲੋਕ ਪਸੰਦ ਕਰਦੇ ਨੇ, ਫਿਰ ਇਹਦੀ ਮਜ਼ਬੂਤੀ ਜ਼ਿਆਦਾ ਹੈ, ਮੜਗਾਡਾਂ ਨੂੰ ਮਸਲਾ ਕੋਈ ਨਹੀਂ ਬਣਦਾ, ਫਿਰ ਮੜਗਾਡ ਉਤਾਰ ਵੀ ਦੇਗਾ, ਜ਼ਿਮੀਦਾਰ ਛੱਤ ਲੱਗੀ ਰਹੇਗੀ, ਪੂਰਾ ਮਾਹੌਲ ਬਣਾਇਆ। ਛੱਤ ਅੱਛੀ ਹੈ ਇਨਸ਼ਾਅੱਲਾ, ਟਾਪਾ ਪਲਾਸਟਿਕ ਦਾ, ਲਾਈਟਾਂ ਕਾਫੀ ਇਜ਼ਾਫੀ ਕਰਤੀਆਂ ਨੇ, ਲੇਕਿਨ ਇਹ ਇੱਕ ਸਿੰਪਲ ਹੀ ਬਣਾਇਆ ਸੀ, ਇਹ ਪਹਿਲੀ 'ਚ ਸਿੰਪਲ ਹੀ ਇਹਨਾਂ ਭਾਈ ਹੋਰਾਂ ਨੂੰ ਬਣਾ ਕੇ ਦਿੱਤਾ ਹੈ। ਇਹਦੇ ਵਿੱਚ ਯੂ ਬਾਰ ਪਹਿਲੀ ਜਿਹੜੀ ਉਹ ਫਰੇਮ ਥੋੜ੍ਹੇ ਜਿਹੇ ਹਲਕੇ ਲਾਈ ਦੇ ਨੇ, ਲੇਕਿਨ ਇਹ ਯੂ ਬਾਰ 'ਚ ਛੱਤ ਬਣਾ ਦਿੱਤੀ, ਅੱਛੇ ਵਾਲੀ ਬਣਾਤੀ ਹੈ। ਲੋਕ ਸਾਡੇ ਕੋਲੋਂ ਜਿਹੜੀ ਡੀਲੈਕਸ ਵਾਲੀ ਛੱਤ ਹੈ ਨਾ, ਸਾਡੇ ਕੋਲੋਂ ਲੱਥੀ ਪਈ ਉਹਨੂੰ ਸ਼ਾਟ ਲੈਣਾ ਆਪਾਂ, ਉਹ 6 ਡੀਲੈਕਸ ਵਾਲੀ ਉਤਾਰ ਕੇ ਸਾਡੇ ਕੋਲੋਂ ਛੱਤ ਐ ਲਵਾਉਂਦੇ ਨੇ, ਉਹ ਤੁਹਾਨੂੰ ਅਸੀਂ ਡੀਲੈਕਸ ਮਾਡਲ ਦੀ ਛੱਤ ਵਿਖਾਉਂਦੇ ਜਿਹੜੀ ਸਾਡੇ ਕੋਲ ਲੋਕ ਲਵਾ ਕੇ ਗਏ ਨੇ ਜੀ। ਇਹ ਕੱਲ੍ਹ ਦੋਸਤ ਆਏ ਨੇ ਹਫਜ਼ਾਬਾਦੋਂ, ਉਹਨਾਂ ਨੇ ਇਹ ਛੱਤ ਸਾਡੇ ਕੋਲ ਉਤਾਰ ਦਿੱਤੀ ਹੈ, ਉਹਨਾਂ ਨੇ ਸਾਡੇ ਕੋਲੋਂ ਸਾਊਂਡ ਵਾਲੀ ਭਾਰੀ ਛੱਤ ਲਵਾ ਕੇ ਖੜੀ ਹੈ। ਇਹ ਡੀਲੈਕਸ ਮਾਡਲ ਦੀ ਹੈ, ਮਿਲਤ ਲਾ ਰਹੀ ਹੈ ਤਕਰੀਬਨ ਕੋਈ 33-34 ਹਜ਼ਾਰ ਦੀ, ਲੇਕਿਨ ਗਾਹਕ ਇਹਨੂੰ ਪਸੰਦ ਨਹੀਂ ਕਰਦਾ।
ਇਹ 3 ਇੰਚ ਫਰੇਮ ਹੈ ਜੀ, ਆਹੋ ਇਹ 3.5 ਹੋ ਜਾਂਦਾ ਜੀ, ਪੌਣੇ 3 ਇੰਚ ਫਰੇਮ ਆ। ਬਸ ਸੇਫਟੀ ਨਹੀਂ ਹੈਗੀ, ਗਾਹਕ ਨੂੰ ਪਸੰਦ ਨਹੀਂ, ਇਸ ਵਾਸਤੇ ਗਾਹਕ ਲਵਾ ਜਾਂਦਾ ਸਾਡੇ ਕੋਲ। ਜਦੋਂ ਚੀਜ਼ ਵਹਿੰਦਾ ਗਾਹਕ, ਫਿਰ ਇਨਸ਼ਾਅੱਲਾ ਬਾਹਰ ਨਹੀਂ ਜਾਂਦਾ, ਗਾਹਕ ਹੀ ਲਵਾ ਕੇ ਜਾਂਦਾ ਸਾਡੀ ਅੱਛੀ ਚੀਜ਼ ਹੁੰਦੀ। ਇਹ ਛੱਤ ਸਰ ਜੀ 85,000 ਦੀ ਹੈ ਜੀ, 85,000 ਦੀ। ਇਸ ਤੋਂ ਉੱਤੇ ਛੱਤਾਂ ਵੀ ਹੈਗੀਆਂ, 1,10,000 ਦੀ ਹੈ, 1,40,000 ਦੀ ਵੀ ਹੈ, ਔਰ ਇਹਦੇ ਵਿੱਚ 70,000 ਦੀ ਵੀ ਹੈ। ਉਹਦਾ ਥੋੜ੍ਹਾ ਜਿਹਾ ਸਾਊਂਡ ਇਹ ਹੀ ਹੈ, ਉਹਦਾ ਜਿਹੜਾ ਯੂ ਬਾਰ ਅਸੀਂ ਹੌਲਾ ਲਾਇਆ ਹੁੰਦਾ ਹੈ, ਉਹ ਅਸੀਂ ਦੋਸਤਾਂ ਨੂੰ ਵਿਖਾਉਣਾ ਚਾਹੁੰਦੇ ਹਾਂ। ਇਹ ਯੂ ਬਾਰ ਪਿਆ ਜਿਹਦੇ ਉੱਤੇ ਅਸੀਂ 70,000 ਦੀ ਸਾਊਂਡ ਤਿਆਰ ਕਰਦੇ ਨੇ, ਲੇਕਿਨ ਇਹਦੀ ਫਿਟਿੰਗ ਉਹ ਹੀ ਹੈ, ਟੂਪਾਂ ਵਾਲੀ ਫਿਟਿੰਗ ਹੈ, ਲੇਕਿਨ ਇਹ ਥੋੜ੍ਹਾ ਜਿਹਾ ਫਰੇਮ ਹਲਕਾ ਹੈ। ਇਹਦੀ ਫਰੇਮ ਦੀ ਜਿਹੜਾ ਬਨਵਟ ਹੋਰ ਹੈ, ਇਹ ਵਜ਼ਨੀ ਹੈ, ਅੱਛੇ ਵਾਲਾ ਫਰੇਮ ਹੈ। ਯੂ ਬਾਰ 5 ਇੰਚੀ 'ਚ, 4 ਇੰਚੀ 'ਚ। ਮਜ਼ੀਦ ਰਾਬਤਾ ਸਰ ਜੀ ਇਹੀ ਹੈ, ਸ਼ੇਹੂਪੁਰਾ ਰੋਡ, ਬੇਗਮਕੋਟ, ਨਜ਼ਮਿਲਰ ਟਰੈਕਟਰ, ਮੀਆਂ ਟਰੈਕਟਰ ਹਾਊਸ, ਹਾਜੀ ਮੁਹੰਮਦ ਅਕਰਮ, 0 300 23 65 99 681 ਹੈ। ਇਹ ਦੋਸਤਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਇਲਮ, ਉਹ ਫਿਰ ਪੁੱਛ ਸਕਦੇ ਨੇ, ਨੰਬਰ ਸਾਡੇ ਕਾਫੀ ਨੇ, ਲੇਕਿਨ ਵਟਸਐਪ ਸਾਡਾ ਇਸੇ ਨੰਬਰ 'ਤੇ ਹੀ ਹੈ। ਕੋਈ ਦੋਸਤ ਸਾਡੇ ਕੋਲ ਛੱਤ ਮੰਗਾਉਣਾ ਚਾਹੁੰਦਾ ਆਨਲਾਈਨ, ਅਸੀਂ ਹਾਜ਼ਰ ਹਾਂ।